ਭਾਈ ਦਸੀ ਲਾਦਾ ਜਾਂ ਮੈਂ ਵਲੌਗ ਕਰਦਾ ਪਿਆ ਓਏ ਹੋਏ ਨਾ ਮਾੜਾ ਲੱਗਣ ਐ ਨਾ ਨਹੀਂ ਸਾਰੇ ਪੈਸੇ ਮੈਂ ਆਪ ਕਮਾਏ ਆ ਆਪਣੀ ਯੂਟਿਊਬ ਤੇ ਇੰਸਟਾ ਤੇ ਵਰਕ ਕਰ ਕਰਕੇ ਫੋਨ ਆ ਸਾਡਾ ਸੈਟਅਪ ਅਪਰੋਕਸ 90000 ਲੱਖ ਲਗੇ ਪਹੁੰਚ ਗਿਆ ਸਾਰਾ ਹਾਂਜੀ ਬ్రో ਬੈਗ ਬਾਈ ਕਰ ਲਿਆ ਆਪਾਂ ਗਿਆ ਦਿਖਾਓਗੇ ਓਕੇ ਸੋ ਬੈਗ ਲਿਆ ਕਿਉਂ ਭਲਾ ਕਿਉਂ ਮੇਰੇ ਸੋ ਗਾਈਸ ਵੈਸੇ ਥੰਬਨੇਲ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਤੇ ਕਾਫੀ ਜਨਾਂ ਦੀ ਕੰਪਲੇਂਟ ਆ ਰਹੀ ਕਿ ਤੁਹਾਡੇ ਵਲੌਗ ਦੀ ਆਵਾਜ਼ ਨਹੀਂ ਆਂਦੀ ਸਹੀ ਨਹੀਂ ਆਂਦੀ ਛੀ ਛੀ ਹੁੰਦੀ ਹੈ ਨਾ ਇਹਨੇ ਮੈਨੂੰ ਗੜੀ ਜਦ ਕਹਿੰਦਾ ਤੇਰਾ ਵਲੌਗ ਮੈਂ ਵੇਖਾਂ ਤਾਂ ਸਕਿਪ ਮੈਂ ਸਕਿਪ ਮਾਰਨ ਨਹੀਂ ਕਰਦਾ ਮੈਂ ਬੜੇ ਰਹੀ ਹੁੰਦੀ ਵਾਈ ਕਲੀਅਰ ਨਹੀਂ ਸੁਣਦੀ ਆ ਕਲੀਅਰ ਨਹੀਂ ਸੁਣਦੀ ਪਹਿ ਜੋੜ ਕੇ ਤੇ ਹੁਣ ਅਸੀਂ ਆਏ ਆ ਸ਼ਾਪਿੰਗ ਕਰਨ ਕੀ ਲੈਣ ਆਏ ਆ ਮਾਈਕ ਵਲੌਗਿੰਗ ਸੈਟਅਪ ਵਲੌਗਿੰਗ ਸੈਟਅਪ ਪੂਰਾ ਦਾ ਪੂਰਾ ਠੀਕ ਆ ਤੇ ਪਹਿ ਹੋਏ ਜੋੜ ਲਏ ਹੁਣ ਕਾਫੀ ਟਾਈਮ ਤੋਂ ਜੋੜਦਾ ਪਿਆ ਸੀ ਰੁਪਿਆ ਰੁਪਿਆ ਕਰਕੇ ਜੋੜਿਆ ਆਪਾਂ ਤੇ ਆ ਗਏ ਅਸੀਂ ਸ਼ਾਪਿੰਗ ਕਰਨ ਤੇ ਹੁਣ ਪੂਰਾ ਸੈਟਅਪ ਲਵਾਂਗੇ ਬਾਕੀ ਤੁਹਾਨੂੰ ਦਿਖਾਵਾਂਗਾ ਕੀ ਆ ਤੇ ਸਟਾਰਟਿੰਗ ਮੈਂ ਕਿੱਥੋਂ ਕੀਤੀ ਸੀ ਤੇ ਹੁਣ ਆਪਾਂ ਕੀ ਕੁਛ ਲਵਾਂਗੇ ਤੇ ਬਾਕੀ ਯੂਜ਼ ਕਰਕੇ ਵੇਖਾਂਗੇ ਬਾਕੀ ਬੈਸਟ ਲਵਾਂਗੇ ਸਾਰਾ ਚੀਜ਼ਾਂ ਮਾੜੀ ਚੀਜ਼ ਨਹੀਂ ਲੈਣੀ ਨਾ ਆਪਾਂ ਇੱਕ ਹੋਰ ਹੀ ਲੈਣੀ ਪੈਸੇ ਖਰਚਣੇ ਆ ਆਇਓ ਲੱਖ ਰੁਪਿਆ ਕਰੀਏ ਯੂਜ਼ ਨਾ ਉਹਨੂੰ ਕਹਿੰਦੇ ਭਲਾ कैमरे चूज होना ਪ੍ਰੈਸ ਹੋਈ ਜਾਣ ਥੱਲੇ ਰਬੜਾਂ ਲੱਗੀਆਂ ਹੀ ਆ ਗਾਈਜ਼ ਹੁਣ ਆਪਾਂ ਮਾਈਕ ਟੈਸਟ ਕਰ ਰਹੇ ਹਾਂ ਤੁਸੀਂ ਦੱਸੋ ਆਵਾਜ਼ ਕਿੱਦਾਂ ਦੀ ਆ ਰਹੀ ਆ ਬਾਕੀ ਮੈਨੂੰ ਪਤਾ ਨਹੀਂ ਹਲੇ ਮੈਂ ਹੁਣ ਵੇਖਣੀ ਆ ਫਿਲਹਾਲ ਸੈਟਅਪ ਪੂਰਾ ਬਾਈ ਕਰ ਲਿਆ ਹੁਣ ਆਵਾਜ਼ ਦੱਸੋ ਕਿਵੇਂ ਦੀ ਆ ਰਹੀ ਇਸ ਲਈ ਮੈਂ ਬਾਹਰ ਆ ਕੇ ਚੈੱਕ ਕਰ ਰਿਹਾ ਕਿ ਜਿਹੜਾ ਸ਼ੋਰ ਵੀ ਹੋ ਰਿਹਾ ਬਟ ਮੇਰੀ ਆਵਾਜ਼ ਕਿੱਦਾਂ ਦੀ ਆ ਰਹੀ ਆ ਦੱਸਿਓ ਕਮੈਂਟ ਕਰਕੇ ਗਾਈਜ਼ ਹੁਣ ਆਪਾਂ ਸ਼ੂਟ ਕਰ ਰਹੇ ਹਾਂ ਮਾਈਕ ਨਾਲ ਅਤੇ ਆਵਾਜ਼ ਵੇਖਿਓ ਯਾਰ ਕਿੱਦਾਂ ਆ ਰਹੀ ਪਹਿਲੇ ਤਾਂ ਯਾਰ ਬੜੀ ਮੈਨੂੰ ਲੱਗਦਾ ਸੀ ਕਿ ਸਹੀ ਆ ਬਟ ਲੋਕਾਂ ਨੂੰ ਨਹੀਂ ਲੱਗਦੀ ਸੀ ਜਿਵੇਂ ਕਿ ਜਸ ਨੇ ਉਹਨੂੰ ਲੱਗਦੀ ਵਧੀਆ ਅਤੇ ਹੁਣ ਆਵਾਜ਼ ਤੁਹਾਨੂੰ ਕਿਵੇਂ ਦੀ ਆ ਰਹੀ ਆ ਕਮੈਂਟ ਕਰਕੇ ਦੱਸਿਓ ਅਤੇ ਹੁਣ ਅਸੀਂ ਜਾ ਰਹੇ ਹਾਂ ਟੈਸਟਿੰਗ ਕਰਨ ਵਾਸਤੇ ਮਾਲ ਆਫ ਅੰਮ੍ਰਿਤਸਰ ਕਿਉਂਕਿ ਉੱਥੇ ਜ਼ਿਆਦਾਤਰ ਸ਼ੋਰ ਹੁੰਦਾ ਵਾ ਅਤੇ ਆਵਾਜ਼ ਗੂੰਜਦੀ ਬਹੁਤ ਜ਼ਿਆਦਾ ਅਤੇ ਮਾਈਕ ਨਾਲ ਆਪਾਂ ਟੈਸਟ ਕਰਾਂਗੇ ਕਿਵੇਂ ਦੀ ਕੈਪਚਰ ਹੋ ਰਹੀ ਆਵਾਜ਼ ਕਿ ਵਰਥ ਆ ਕਿ ਨਹੀਂ ਬਾਕੀ ਤੁਹਾਨੂੰ ਦੱਸਦੇ ਹਾਂ ਸੋ ਗਾਈਜ਼ ਹੁਣ ਆਪਾਂ ਮਾਈਕ ਟੈਸਟ ਕਰ ਰਹੇ ਹਾਂ ਦੇਖਿਓ ਆਵਾਜ਼ ਕਿੱਦਾਂ ਦੀ ਆ ਰਹੀ ਹੈ ਮਤਲਬ ਕਿ ਪਹਿਲੇ ਤਾਂ ਬਹੁਤ ਛਾਂ ਛਾਂ ਕਰਦੀ ਅਤੇ ਹੁਣ ਦੱਸਿਓ ਬਾਕੀ ਮੈਂ ਤਾਂ ਚੱਕ ਨਹੀਂ ਰਿਹਾ ਕਿਉਂਕਿ ਮੈਨੂੰ ਸ਼ਰਮ ਜੀ ਆ ਰਹੀ ਆ ਬਾਕੀ ਵੇਖਦੇ ਹਾਂ ਅਤੇ ਜਿਹੜਾ ਸਟਾਰਟਿੰਗ ਆਪਾਂ ਕੀਤੀ ਉਹ ਮੈਂ ਕੀਤੀ ਆਹ ਵਾਲੇ ਫੋਨ ਤੋਂ
ਬਾਹਰੋਂ ਨਿਕਲੇ ਧੁੱਪ ਗਈ ਤੇ ਨਾਲੇ ਬਾਹਰ ਆ ਗਏ ਆ। ਹਾਂਜੀ ਗਾਈਸ, ਸੋ ਅਗਲੇ ਦਿਨ ਆਪਾਂ ਵਲੌਗ ਕੰਟੀਨਿਊ ਕਰ ਰਹੇ ਹਾਂ ਕਿਉਂਕਿ ਕੱਲ ਮੈਂ ਮਾਲ ਗਿਆ ਸੀ ਤੇ ਉੱਥੇ ਯਾਰ ਕਰਾਊਡ 'ਚ ਮੈਂ ਸ਼ੂਟ ਕਰਨ ਨਹੀਂ ਪਾਇਆ ਕਿਉਂਕਿ ਇੱਦਾਂ ਫੇਸ ਕਰਨਾ ਥੋੜ੍ਹਾ ਨਾ ਮੁਸ਼ਕਿਲ ਜਿਹਾ ਲੱਗ ਰਿਹਾ। ਓਏ ਇੱਦਾਂ ਸਹੀ ਲੱਗਦਾ ਹਰਸ਼? ਹਰਸ਼ ਬਰੋ ਓਏ ਹਰਸ਼, ਓਏ ਇੱਦਾਂ ਸਹੀ ਲੱਗਦਾ ਜੇ ਮੈਂ ਵਲੌਗ ਕਰਦਾ ਪਿਆ? ਆਪਣੀ ਯੂਟਿਊਬ ਤੇ ਇੰਸਟਾ ਤੇ ਵਰਕ ਕਰਕੇ ਤੇ ਫੋਨ ਤੇ ਸਾਡਾ ਸੈਟਅਪ ਅਪਰੋਕਸ 90,000 ਲੱਖ ਲਾਗੇ ਪਹੁੰਚ ਗਿਆ ਸਾਰਾ ਤੇ ਸਾਰੇ ਸਾਰੀ ਅਰਨਿੰਗ ਮੈਂ ਕੀਤੀ ਆ। ਸਮਝ ਰਹੇ ਹੋ? ਪਹਿਲੇ ਮੈਂ ਸਟਾਰਟਿੰਗ ਕੀਤੀ ਸੀ 15,000 ਦੇ ਫੋਨ ਤੋਂ, ਜਿਹਨਾਂ ਨੂੰ ਨਹੀਂ ਪਤਾ, ਜਿਹਨਾਂ ਨੇ ਪਹਿਲੇ ਵਲੌਗ ਵੇਖੀ ਸ਼ਾਇਦ ਉਹਨਾਂ ਨੂੰ ਪਤਾ ਹੋਵੇ ਤੇ ਉਦੋਂ ਮੇਰਾ ਸਾਥ ਦੇਣ ਵਾਲੇ 3-4 ਬੰਦੇ ਸੀਗੇ। ਉਦੋਂ ਹੈਗਾ ਸੀ ਇੱਕ ਨੂਰ, ਇੱਕ ਹਰਸ਼, ਇੱਕ ਜਸ ਤੇ ਇੱਕ ਬੰਦਾ ਹੋਰ ਕੌਣ ਸੀ ਥੋੜਾ ਕੰਮ ਕਰਾਂ ਤੇ ਥੋੜੇ ਬਹੁਤੇ ਪੈਸੇ ਅਰਨ ਕਰਨੇ ਸ਼ੁਰੂ ਕੀਤੇ ਤੇ ਫਿਰ ਮੈਂ ਆਈਫੋਨ ਲਿਆ 11 128 GB ਤੇ ਇਹਦੇ ਵਿੱਚ ਯਾਰ ਮੈਨੂੰ ਜ਼ਿਆਦਾ ਮਹਿੰਗਾ ਤਾਂ ਪਿਆ ਕਿਉਂਕਿ ਮੈਂ ਇੰਸ਼ੋਰੈਂਸ ਕਰਵਾ ਲਈ ਸੀ, ਮੈਨੂੰ ਪਰ ਇੰਸ਼ੋਰੈਂਸ ਦੇ ਜਿਹੜੇ 10-12,000 ਰੁਪਇਆ ਸੀ ਨਾ, 12,000 ਦੀ ਇੰਸ਼ੋਰੈਂਸ ਹੋਈ ਸੀ, 68,000 ਦਾ 128 GB ਉਸ ਟਾਈਮ 'ਤੇ ਫੋਨ ਸੀ ਜਦੋਂ ਮੈਂ ਲਿਆ ਅਤੇ 12,000 ਦੀ ਇੰਸ਼ੋਰੈਂਸ ਮੱਕੀ 80,000 ਲੱਗ ਗਿਆ ਅਤੇ 10,000 ਦਾ ਮੈਂ ਹੁਣ ਆਹ ਸੈਟਅਪ ਲਿਆ ਵਾ ਅਤੇ ਬਾਕੀ ਪਹਿਲੇ ਜਿਹੜਾ ਫੋਨ ਲਿਆ ਸੀ ਮੱਕੀ 1,00,000 ਲੱਗ ਗਿਆ ਅਤੇ ਸਾਰਾ ਸਾਰਾ ਮੈਂ ਯੂਟਿਊਬ ਤੋਂ ਵੀ ਕਮਾਇਆ ਥੋੜ੍ਹਾ ਬਹੁਤ, ਬਾਕੀ ਸਾਰਾ ਯੂਟਿਊਬ ਤੋਂ ਨਹੀਂ ਕਮਾਇਆ, ਜ਼ਿਆਦਾਤਰ ਮੈਂ ਇੰਸਟਾਗ੍ਰਾਮ ਤੋਂ ਕਮਾਇਆ। ਅਤੇ ਲਓ ਜੀ ਸਾਰੇ ਬੰਦੇ ਪਹੁੰਚ ਗਏ ਆ। ਯਾਰ ਹੁਣ ਆਪਾਂ ਥੋੜੀ ਵੀਡੀਓ ਬਣਾਉਣਾ ਤੇ ਨਾਲੇ ਅੱਜ ਹੈਗਾ ਸੀ ਯਾਰ ਇਹ ਗੱਲ ਤੈਨੂੰ ਦੱਸਣੀ ਭੁੱਲ ਹੀ ਗਿਆ, ਅੱਜ ਹੈਗਾ ਏ ਹਰਸ਼ ਦਾ ਬਰਥਡੇ, ਸਾਰੇ ਨੇ ਇਹਨੂੰ ਵਿਸ਼ ਕਰੋ ਕਰੋ ਵਿਸ਼ ਕਰੋ। ਕਿਹਦਾ ਜਨਮ ਦਿਨ ਆ ਹਰਸ਼? ਪਤਾ ਹੀ ਨਹੀਂ। ਥੈਂਕ ਯੂ ਇਧਰ ਹੋ ਰਾਣੀ ਹੋ ਦੋਵੇਂ ਅਗੇ ਦੋਵਾਂ ਨੂੰ ਕਰ ਦਿਓ ਸੋ ਚਲੋ। ਬ੍ਰੋ ਕਿਹਦਾ ਲੱਗ ਰਿਹਾ ਭਈਆ? ਬਹੁਤ ਅੱਛਾ ਭਈਆ। ਭਈਆ ਉਦੋਂ ਵਲੌਗ ਨਹੀਂ ਨਾ ਕੀਤਾ ਸੀ ਆਪਾਂ, ਅੱਜ ਦੇ ਮੁੰਡੇ ਨੇ ਪੂਰਾ ਹੋਇਆ ਵੇਖਿਆ ਜੇ ਜਦੋਂ ਦੀ ਲਈ ਨਾ ਉਦੋਂ ਦੀ ਅੱਜ ਅੱਜ ਵੇਖੀ ਮੈਂ ਇਹਦੀ ਗੱਡੀ, ਸੋ ਮੁਬਾਰਕਾਂ ਇਹਨੂੰ 2-3 ਵਾਰੀ ਕਿਉਂਕਿ ਇੱਕ ਜਨਮ ਦਿਨ ਵੀ ਆ, ਉਸ ਤੋਂ ਅੱਜ ਪਾਰਟੀ ਵਧੀਆ ਹੋਣੀ ਆ। ਇੱਕ ਤੇ ਇਹਨੂੰ ਘਰੋਂ ਲੈ ਗਿਆ, ਅੱਜ ਸਾਰੀਆਂ ਪਾਰਟੀਆਂ ਲੱਥ ਜਾਣੀਆਂ। ਠੀਕ ਆ, ਸੋ ਫੋਰਚੂਨਰ ਦੀਆਂ ਬਹੁਤ ਬਹੁਤ ਮੁਬਾਰਕਾਂ ਭਰਾ ਨੂੰ, ਦੋਵੇਂ ਮੇਰੇ ਭਰਾ। ਮੈਂ ਹੁਣੇ ਗੱਲ ਕਰਦਾ ਪਿਆ ਸੀ ਜਦੋਂ ਮੇਰੇ ਕੋਲ ਆਈਫੋਨ ਵੀ ਨਹੀਂ ਹੁੰਦਾ ਸੀ, ਕੁਛ ਨਹੀਂ ਹੁੰਦਾ ਸੀ, ਉਦੋਂ ਮੇਰੇ ਸਾਥ ਦੇ ਨਾਲੇ ਸੀ ਇੱਕ ਨੂਰ, ਇੱਕ ਹਰਸ਼, ਇੱਕ ਜਸ, ਜਿਨ੍ਹਾਂ ਦੇ ਫੋਨ 'ਤੇ ਮੈਂ ਸਾਰੇ ਵਲੌਗ ਬਣਾਉਂਦਾ ਹੁੰਦਾ ਸੀ। ਸੋ ਜਸ ਦੇ ਕਹਿਣ 'ਤੇ ਸਟਾਰਟ ਕੀਤਾ ਯੂਟਿਊਬ ਅਤੇ ਇਹਨੇ ਮੈਨੂੰ ਕਿਹਾ ਸੀ ਕਹਿੰਦਾ ਜੇ ਕਰੇਗਾ ਨਹੀਂ, ਮਤਲਬ ਕਿ ਕਰਦਾ ਰਹਿੰਦਾ ਨਹੀਂ ਪਰ ਮੈਂ ਪਾਉਣ ਦੀ ਹਿੰਮਤ ਨਹੀਂ ਕਰਦਾ ਸੀ, ਫਿਰ ਇਹਨੇ ਕਿਹਾ ਕਿ ਪਾ ਫਿਰ ਚੱਲ ਗਿਆ। ਸੋ ਚਲੋ ਹੁਣ ਕੰਟੀਨਿਊ ਕਰਦੇ ਹਾਂ ਅਤੇ ਥੋੜ੍ਹਾ ਬਹੁਤਾ ਖਾਣ ਪੀਣ ਵੀ ਜਾਵਾਂਗੇ। ਵਲੌਗ ਜੇ ਤੁਹਾਨੂੰ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੇ, ਚੈਨਲ ਨਾਲ ਸਬਸਕ੍ਰਾਈਬ ਇੱਧਰ ਵਲੌਗ ਹੋਰ ਵੇਖਣ ਵਾਸਤੇ। ਅਤੇ ਹੁਣ ਫੂਡ ਚੈਲੇਂਜ ਦੀ ਵੀਡੀਓ ਆਉਣ ਗਈਆਂ, ਐਸੇ ਗਾਣੇ ਮੈਨੂੰ ਕਿ ਇੰਨੀ ਛੇਤੀ ਸਟਾਰਟ ਨਹੀਂ ਹੋਈ, ਮੈਂ ਕਿ 1.5-2 ਸਾਲ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਕਿੱਦਾਂ ਪਾਈਦੇ, ਮੈਂ ਉਹਦਾ ਪਾ ਦਿੰਦਾ ਨਾ ਟੈਗ ਨਾ ਥੰਬਨੇਲ, ਜਿਹੜੇ ਪਹਿਲੇ ਵੇਖਦੇ ਉਹਨਾਂ ਨੂੰ ਪਤਾ ਹੀ ਹੋਊਗਾ ਮੈਂ ਨਾ ਥੰਬਨੇਲ ਲਾਉਂਦਾ ਸੀ ਨਾ ਟੈਗਸ ਲਾਉਂਦਾ ਸੀ, ਵਿਊ ਘੱਟ ਵਧੀ ਜਾਂਦੇ ਸੀ, ਬਟ ਚਲੋ ਇੱਕਦਮ ਚੱਲ ਗਿਆ ਅਤੇ ਹੁਣ ਇੱਕਦਮ ਡਾਊਨ ਵੀ ਹੋ ਰਿਹਾ, ਪਰ ਕੋਈ ਨਹੀਂ ਆਪਾਂ ਕੰਟੀਨਿਊ ਕਰਦੇ ਹਾਂ ਕਿਉਂਕਿ ਮੇਰਾ ਠੀਕ ਨਹੀਂ ਇਸ ਕਰਕੇ ਵਲੌਗ ਨਹੀਂ ਆ ਰਹੀ, ਅਤੇ ਹੁਣ ਵਲੌਗ ਆਉਣਗੇ ਰੈਗੂਲਰ, ਅਤੇ ਪਿਆਰ ਦਿਓ, ਸ਼ੇਅਰ ਕਰਿਓ, ਸਪੋਰਟ ਕਰਿਓ।